हां जी ਤੇ ਬੜੇ ਗੌਰ ਦੇ ਨਾਲ ਇਸ ਵੀਡੀਓ ਨੂੰ ਤੁਸੀਂ ਤੱਕਿਓ ਸਪੈਸ਼ਲੀ ਉਹ ਮੇਰੇ ਵੀਰ ਭਰਾ ਜਿੰਨਾ ਪੁਰਤਕਾਲ ਵਾਸਤੇ ਪੈਸੇ ਕਿਸੇ ਵੀ ਏਜੰਟ ਨੂੰ ਦਿੱਤੇ ਨੇ ਇਹ ਲਾਸਟ 3 ਤੋਂ 4 ਮਹੀਨਿਆਂ ਦੇ ਵਿੱਚ ਵਿੱਚ ਤੇ ਜਿੰਨੇ ਵੀਰ ਨੇ ਵੀ ਪੁਰਤਕਾਲ ਵਾਸਤੇ ਪੇਪਰ ਭਰੇ ਸਨ ਕਿਸੇ ਏਜੰਟ ਦੇ ਰਹੀ ਜਾਂ ਵਰਕ ਵੀਜ਼ੇ ਵਾਸਤੇ ਪੈਸੇ ਦਿੱਤੇ ਸਨ ਉਸੇ ਵੀਡੀਓ ਨੂੰ ਇਵੈਂਟਿਡ ਕਰਾਂ ਜ਼ਰੂਰ ਤੱਕੇ ਕਾਫੀ ਜ਼ਿਆਦਾ ਇਨਫਰਮੇਸ਼ਨ ਜਿਹੜੀ ਉਹ ਇਨਵੈਸਿਵ ਵੀਡੀਓ ਦੇ ਵਿੱਚ ਲੱਭੇਗੀ ਸਭ ਨਾਲੋਂ ਪਹਿਲਾਂ ਤਾਂ ਜੇਰਾ ਵੀਰ ਵੀ ਨਵੇਂ ਉਹ ਇਸੇ ਤਰ੍ਹਾਂ ਦੀਆਂ ਵੀਡੀਓ ਚਾਹੁੰਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਹੀ ਬੈਲ ਦਾ ਆਈਕਨ ਉਹਨੂੰ ਵੀ ਦਬਾ ਦਵੋ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਹਾਂਜੀ ਤੇ ਅਸੀਂ ਪੂਰਤਕਾਲ ਦੀ ਗੱਲ ਕਰਨੀ ਆ ਇਹਨਾਂ ਦਿਨਾਂ ਦੇ ਵਿੱਚ ਪੂਰਤਕਾਲ ਦਾ ਕੋਈ ਵੀ ਕੋਈ ਵੀ ਵਰਕ ਪਰਮਿਟ ਇਸ਼ੂ ਨਹੀਂ ਹੋਣ ਡਿਆ ਜਿੰਨਾ ਅਪਲਾਈ ਕੀਤੇ ਸਨ ਜਨਵਰੀ ਦੇ ਵਿੱਚ ਜਾਂ ਫਿਰ 2020 ਦਸੰਬਰ ਦੇ ਵਿੱਚ ਫਰਵਰੀ ਦੇ ਵਿੱਚ ਅਪਲਾਈ ਕੀਤੇ ਸਨ ਉਹਨਾਂ ਦੇ ਵੀ ਇੰਨਾ ਦਿਨਾਂ ਦੇ ਵਿੱਚ ਵੀਜ਼ੇ ਪੈਂਡਿੰਗ ਦੇ ਵਿੱਚ ਨੇ ਕੋਈ ਵੀਜ਼ਾ ਵੀ ਇਸ਼ੂ ਨਹੀਂ ਹੋਣ ਡਿਆ ਤੇ ਜੇਰਾ ਏਜੰਟ ਤੁਹਾਨੂੰ ਇਹ ਕਹਿਣ ਡਿਆ ਕਿ ਤਿੰਨਾ ਮਹੀਨਿਆਂ ਚੇ ਦੂ ਮਹੀਨਿਆਂ ਚੇ ਜਾਂ ਫਿਰ ਛੇ ਮਹੀਨਿਆਂ ਚੇ ਤੁਹਾਨੂੰ ਵੀਜ਼ਾ ਦੇ ਦੇਗਾ ਉਹ ਟੋਟਲੀ ਝੂਠ ਮਾਰਨ ਡਿਆ ਹੋਵੇ ਇਹ ਇਨਫੋਰਮੇਸ਼ਨ ਜਿਹੜੀ ਇਹ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਹੈ ਕਿਉਂਕਿ ਇੱਕ ਛੋਟੀ ਜਿਹੀ ਖਬਰ ਆਈ ਸੀ ਨਾਰਮਲ ਵਰਕ ਪਰਮਿਟ ਦੇ ਰਿਲੇਟਿਡ ਪੁਰਤਕਾਲ ਦੇ ਤੇ ਉਹਦੇ ਤੋਂ ਏਜੰਟਾਂ ਨੇ ਕਾਫੀ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਇੰਡੀਆ ਦੇ ਵਿੱਚ ਆ ਲੋਕਾਂ ਕੋਲੋਂ ਪੈਸੇ ਠੱਗੇ ਨੇ ਤੇ ਵੀਰਾਂ ਨੇ ਉਹਨਾਂ ਨੂੰ ਪੈਸੇ ਵੀ ਦਿੱਤੇ ਨੇ ਤੇਨ ਤੇ ਚਾਰ ਚਾਰ ਪੰਜ ਪੰਜ ਲੱਖ ਰੁਪਈਆ ਵੀ ਏਜੰਟਾਂ ਨੇ ਆਪਣਾ ਪੁਰਤਗਾਲ ਦੇ ਵਰਕ ਪਰਮਿਟ ਵਾਸਤੇ ਦਿੱਤਾ ਹੈ ਤੇ ਇਸੇ ਲਈ ਮੇਰਾ ਵੀਰ ਜੀ ਤੁਸੀਂ ਪੈਸੇ ਦੇ ਰਹੇ ਨੇ ਤੇ ਉਹਨਾਂ ਕੋਲ ਜਲਦੀ ਤੋਂ ਜਲਦੀ ਪੈਸੇ ਦਿੱਦੋ ਕਿਉਂਕਿ ਉਹਨਾਂ ਮੇਰੀ ਇਨਫਰਮੇਸ਼ਨ ਦੇ ਮੁਤਾਬਕ ਤੁਹਾਨੂੰ ਵੀਜ਼ਾ ਕੋਈ ਵੀ ਨਹੀਂ ਦੇਣਾ ਹੈ ਕਿਉਂਕਿ ਵੀਜ਼ਾ ਇਸ਼ੂ ਹੀ ਨਹੀਂ ਹੋਂਡਿਆ ਅੰਬੈਸੀ ਵੱਲੋਂ ਜਿਨ੍ਹਾਂ ਜਿਨ੍ਹਾਂ ਵੀਰਾਂ ਵੀ ਤੁਹਾਡੇ ਪੈਸੇ ਲੈ ਨਹੀਂ ਆ ਤੁਸੀਂ ਕਿਸੇ ਏਜੰਟ ਰਹੀਂ ਪੇਪਰ ਭੜੇ ਸਨ ਵਰਕ ਪਰਮਿਟ ਵਾਸਤੇ ਉਹ ਟੋਟਲੀ ਫੇਕ ਹੈ ਉਹਦੇ ਕੋਲ ਪੇਪਰ ਤੇ ਆਪਣੇ ਜਿਹੜੇ ਪੈਸੇ ਨੇ ਉਹ ਜਲਦੀ ਜਲਦੀ ਵਾਪਸ ਲਿਲਵ ਤੇ ਜਿੱਦੋਂ ਵੀ ਪੁਰਤਗਾਲ ਦਾ ਕੋਈ ਵੀ ਵਰਕ ਪਰਮਿਟ ਇਸ਼ੂ ਹੋਏਗਾ ਐਂਬੈਸੀ ਇਲੂ ਜਾਂ ਪੁਰਤਗਾਲ ਦੀ ਗਵਰਨਮੈਂਟ ਕੋਈ ਵੀ ਵਰਕ ਪਰਮਿਟ ਜਿਹੜਾ ਉਹ ਓਪਨ ਕਰੇਗੀ ਇਮੀਗ੍ਰੇਸ਼ਨ ਓਪਨ ਕਰੇਗੀ ਤੇ ਮੈਂ ਤੁਹਾਨੂੰ ਦੱਸ ਦਿਆਂਗਾ ਤੁਸੀਂ ਜੇ ਚਾਹੁੰਦੇ ਹੋ ਕਿ ਹਰ ਇਨਫਰਮੇਸ਼ਨ ਤੁਹਾਡੇ ਤੱਕਾਂ ਪਹੁੰਚਦੇ ਰਵੇ ਤੇ ਤੁਸੀਂ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਵੀ ਮੈਂ ਪੁਰਤਕਾਲ ਦੂਤੇ ਵੀਡੀਓ ਬਣਾਵਾਂ ਉਹ ਇਨਫਰਮੇਸ਼ਨ ਤੁਹਾਡੇ ਤੱਕਾਂ ਪਹੁੰਚ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦਿਆਂ ਤੁਹਾਨੂੰ ਨੈਕਸਟ ਵੀਡੀਓ ਤੇ